ਅਸਲਾਮ ਅਲੈਕਮ ਭਾਈ ਜਾਨ, ਕੀ ਹਾਲ ਹੈ? ਠੀਕ ਹੋ ਰਹੀ ਹੈ? ਅਤੇ ਅੱਛਾ ਭਾਈ ਜਾਨ, ਸਭ ਤੋਂ ਪਹਿਲੇ ਮੈਂ ਬਾਹਰੋਂ ਸਟਾਰਟ ਹੋਵਾਂਗਾ, ਠੀਕ ਹੈ? ਅਤੇ ਇਹ ਜਨਾਬ ਸਾਡਾ ਮੇਨ ਮੀਟਰ ਦੀ ਇੱਥੇ ਮੀਟਰ ਲੱਗਣਾ ਸਾਡਾ, ਠੀਕ ਹੈ? ਇਹ ਸਾਡਾ ਇੱਥੇ ਇੰਟਰ ਕੰਮ ਲੱਗਣਾ, ਠੀਕ ਹੋ ਗਿਆ? ਐਸੇ ਹੋਇਆ ਜੇ ਇੰਟਰ ਕੰਮ ਲੱਗਣਾ, ਅਤੇ ਲੱਗਣ ਤੋਂ ਬਾਅਦ ਜਨਾਬ ਉਹ ਅਤੇ ਪਰਾਂ ਕਾਰਨ ਦੇ ਪੁਆਇੰਟ, ਅਤੇ ਉਸ ਤੋਂ ਬਾਅਦ ਜਨਾਬ ਪੁਆਇੰਟ ਇੱਕ ਕੈਮਰੇ ਦਾ ਸੀ ਇੱਥੇ ਦਿੱਤਾ, ਠੀਕ ਹੈ? ਤਾਂ ਕਿ ਦੂਰ ਦੂਰ ਵਾਲੇ 'ਤੇ ਤੁਹਾਡਾ ਪੁਆਇੰਟ ਕੈਮਰੇ ਦਾ ਲਾ ਜੇ, ਠੀਕ ਹੈ? ਅਤੇ ਦੂਸਰੇ ਨੰਬਰ 'ਤੇ ਜਨਾਬ ਅੰਦਰ ਇੰਟਰ ਹੋ ਗਿਆ ਸੀ। ਇੰਟਰ ਹੋਣ ਤੋਂ ਬਾਅਦ ਇਹ ਕਿਸੀ ਲਾਈਟਾਂ ਦਾ ਇਸ ਸੀੜੀਆਂ ਦੀ ਜਗ੍ਹਾ ਹਿੱਸੇ ਦੀ ਜਿਹੜੀ ਲਾਈਟਾਂ ਨੇ ਨਾ ਹਿੱਸੇ ਦੀਆਂ, ਉਹ ਇੱਥੋਂ ਲਾਈਟਾਂ ਸਾਡੀਆਂ ਆਨ ਆਫ ਹੋਣਗੀਆਂ, ਠੀਕ ਹੋ ਗਿਆ? ਅਤੇ ਜਨਾਬ ਥੱਲੇ ਪਾਈਪ ਕੱਢਿਆ, ਅਗਰ ਕੱਲ੍ਹ ਨੂੰ ਅਸੀਂ ਬਾਹਰ ਮੋਟਰ ਸ਼ੋਟਰ ਅਸੀਂ ਲਾਉਂਦੇ ਹੋਏ ਜਾਂ ਜੋ ਵੀ ਬੋਰ ਸ਼ੋਰ ਕਰਾਉਂਦੇ ਉਹਦੇ ਵਾਸਤੇ ਚਲੋ ਹੋ ਜਾਏਗਾ, ਠੀਕ ਹੋ ਗਿਆ? ਇੱਕ ਇਹ ਦੀਵਾਰ ਨਾਲ ਪੁਆਇੰਟ ਆਇਆ, ਅਤੇ ਉਸ ਬਾਅਦ ਇੱਕ ਇਹ ਸਾਹਮਣੇ ਪੁਆਇੰਟ, ਠੀਕ ਹੈ? ਇਹ ਡੀ ਪੀ ਬਾਕਸ ਲੱਗ ਗਿਆ, ਠੀਕ ਹੈ? ਇਹਦੇ ਵਿੱਚ ਇੱਕ ਚੇਂਜ ਓਵਰ ਲੱਗੇਗਾ ਤੁਹਾਡਾ ਆਨ ਆਫ ਵਾਲਾ, ਠੀਕ ਹੋ ਗਿਆ? ਉਹਦਾ ਅਸੀਂ ਲਾਵਾਂਗੇ ਉਹਦਾ ਰੋਟਰੀ ਸੋਲਰ ਦੇ ਅਤੇ ਵਾਪਰਾ ਦੇ ਲਾਵਾਂਗੇ, ਠੀਕ ਹੋ ਗਿਆ? ਅਤੇ ਦੂਸਰੇ ਨੰਬਰ 'ਤੇ ਜਨਾਬ ਇਹ ਲੱਗਿਆ ਸੀੜੀਆਂ ਦਾ ਐਂਟਰ ਸਟਾਰਟ, ਟੂ ਵੇ ਸਿਸਟਮ, ਠੀਕ ਹੈ? ਇੱਥੋਂ ਟੂ ਵੇ ਸਿਸਟਮ ਚੱਲੇਗਾ, ਅਤੇ ਸੀੜੀਆਂ ਦਾ ਉਤਲੀ ਸਾਈਡ 'ਤੇ ਉਹ ਲਾਈਟਾਂ ਉੱਤੇ ਲੱਗਣੀਆਂ, ਉਹਦੀਆਂ ਜਿਹੜੀਆਂ ਨਾ ਲਾਈਟਾਂ ਉਹ ਟੂ ਵੇ ਸਿਸਟਮ ਬਣ ਜਾਏਗਾ ਇਹਨਾਂ ਦਾ, ਠੀਕ ਹੋ ਗਿਆ? ਇਹ ਲਾ ਬੋਰਡ ਇੱਕ ਲਾਇਆ ਸੀ ਇੱਥੇ ਇਹਨਾਂ ਦਾ ਵਾਸਤੇ, ਉਹ ਪੀ ਟੀ ਸੀ ਵਾਲੀ ਜਿਹੜਾ ਅਗਰ ਮਾਡਮ ਲੱਗਦਾ ਨਾ ਸਾਡੇ ਵਾਸਤੇ, ਅਸੀਂ ਇੱਥੇ ਲਾਉਣਾ ਚਾਹੁੰਦੇ ਅਗਰ, ਅਤੇ ਉਹ ਉਹਦਾ ਮਾਡਮ ਲੱਗੇਗਾ, ਠੀਕ ਹੋ ਗਿਆ? ਅਤੇ ਉਹ ਉੱਤੇ ਬੋਰਡ ਲੱਗੇਗਾ ਤੁਹਾਡਾ, ਉੱਤੇ ਮਾਡਮ ਧਰੀ ਜਾਏਗਾ ਤੁਹਾਡਾ, ਠੀਕ ਹੈ? ਅਤੇ ਉਸ ਤੋਂ ਬਾਅਦ ਕਨੈਕਸ਼ਨ ਵੀ ਉੱਥੇ ਲੱਗ ਜਾਏ, ਉੱਥੇ ਇੰਟਰਕਾਮ ਦੀ ਸਟੇਟ ਲਾ ਕੇ ਨਾ ਹੁੰਦੀ ਪੀ ਟੀ ਸੀ ਵਾਲੀ ਪਲੇਟ, ਅਤੇ ਇਸੇ ਤਰ੍ਹਾਂ ਕਿ ਮਾਡਮ, ਠੀਕ ਹੈ? ਇਸ ਤੋਂ ਬਾਅਦ ਇਹ ਪਹਿਲੀ ਸਟੋਰੀ ਦੇ ਇੱਥੇ ਲੱਗੇਗਾ, ਅਤੇ ਇੱਥੋਂ ਫਿਰ ਜਨਾਬ ਇਹ ਜਾਏਗਾ ਤੁਹਾਡਾ ਬੋਰਡ ਮੇਨ ਜਿਹੜਾ ਲੱਗਿਆ ਵੇ ਕੈਮਰਿਆਂ ਦੇ ਵਿਊ ਵਾਸਤੇ, ਕੈਮਰਿਆਂ ਦੇ ਵਿਊ ਵਾਸਤੇ ਜਿਹੜਾ ਅਸੀਂ ਇੱਥੇ ਲਗਾਇਆ ਵੇ, ਠੀਕ ਹੈ? ਉਹ ਇੱਥੇ ਐਲ ਸੀ ਡੀ ਦੀ ਤਾਰ ਵੀ ਆਵੇਗੀ, ਕੈਮਰੇ ਦੀ ਵੀ ਆਵੇਗੀ, ਠੀਕ ਹੈ? ਜਿਹੜੇ ਤੁਹਾਡੇ ਦੋਵੇਂ ਜਿਹੜੇ ਕੈਮਰੇ 3-4 ਲੱਗਣੇ ਨੇ ਸਾਰਿਆਂ ਦੇ ਇੱਥੇ ਐਂਟਰ ਵਾਸਤੇ ਨਾ ਉਹ ਕੈਮਰਾ ਲੱਗੇਗਾ, ਠੀਕ ਹੋ ਗਿਆ? ਅਤੇ ਇੱਥੇ ਇੱਕ ਕੈਮਰਾ ਤੁਹਾਡਾ ਇੱਧਰ ਵੀ ਲੱਗੇਗਾ ਉੱਤੇ, ਠੀਕ ਹੋ ਗਿਆ? ਇੱਥੇ ਐਂਟਰੀ ਦੇ ਵਿੱਚ ਨਾ ਲੱਗੇ ਤੁਹਾਡਾ ਕੈਮਰਾ ਗਰਾਜ ਦੇ ਵਿੱਚ। ਅੱਛਾ, ਉਸ ਤੋਂ ਬਾਅਦ ਜਨਾਬ ਇਹ ਮੇਨ ਲਾਈਟਾਂ ਵਾਸਤੇ ਬੋਰਡ ਲੱਗਿਆ ਛੋਟਾ ਵੱਡਾ, ਠੀਕ ਹੈ? ਇੱਕ ਉਹ ਕਾਰਨ ਪੁਆਇੰਟ ਦਿੱਤਾ ਵੇ, ਇੱਕ ਉਹ ਕਾਰਨ ਪੁਆਇੰਟ ਦਿੱਤਾ, ਠੀਕ ਹੋ ਗਿਆ? ਇਹ ਵਾਲਾ ਇਹ ਲੱਗੇ। ਉਸ ਤੋਂ ਬਾਅਦ ਇਹ ਜਨਾਬ ਸਾਹਮਣੇ ਏ ਸੀ ਦਾ ਪੁਆਇੰਟ ਹੈ, ਏ ਸੀ ਦਾ ਇੱਥੇ ਸਵਿੱਚ ਲੱਗੇਗਾ ਆਨ ਆਫ, ਠੀਕ ਹੋ ਗਿਆ? ਉਸ ਤੋਂ ਬਾਅਦ ਜਨਾਬ ਇਹ ਕਿਚਨ ਦੇ ਬਾਹਰਲੀ ਸਾਈਡ ਦੇ ਵਾਸ਼ਰੂਮ ਦੇ ਬਾਹਰ ਦੀ ਸਾਈਡ 'ਤੇ ਲੱਗਿਆ ਬੋਰਡ, ਇੱਥੋਂ ਲਾਈਟ ਆਨ ਕਰਾਂਗੇ ਅਤੇ ਅੰਦਰ ਦੀਆਂ ਲਾਈਟਾਂ ਜਿਹੜੀਆਂ ਉਹ ਇੱਕ ਦੋ ਆਨ ਹੋ ਜਾਣਗੀਆਂ, ਠੀਕ ਹੈ? ਛੱਤ ਵਿੱਚ ਵੀ, ਦੀਵਾਰ ਨਾਲ ਵੀ ਹੈ, ਅਤੇ ਉਸ ਤੋਂ ਬਾਅਦ ਐਗਜ਼ਾਸਟ ਦਾ ਦਿੱਤਾ ਪੁਆਇੰਟ, ਇਹ ਅੰਦਰ ਵੀ ਇੱਕ ਦਿੱਤਾ, ਅਗਰ ਅਸੀਂ ਉਹ ਲਾਉਂਦੇ ਹਾਂ ਦੀਵਾਰ ਦੇ ਨਾਲ ਮਿਸਾਲ ਦੇ ਤੌਰ 'ਤੇ ਉਹ ਸ਼ੇਵਿੰਗ ਵਾਸਤੇ, ਮਸ਼ੀਨ ਵਧਾ ਵਾਸਤੇ ਸ਼ੇਵਿੰਗ ਵਾਸਤੇ ਜਿਹੜਾ ਨਾ ਕਿਹੜੀ ਸੋਚ ਸਾਕੜ ਜਿਹੜੀ ਉਸ ਰੱਖੀ ਉਹ ਲਾਈ। ਅੱਛਾ ਜਨਾਬ, ਇੱਥੋਂ ਹੁਣ ਪਹਿਲੀ ਸਟੋਰੀ ਦਾ ਤਾਂ ਉਹ ਗਰਾਊਂਡ ਫਲੋਰ ਹੈ, ਹੁਣ ਫਸਟ ਫਲੋਰ ਮੈਂ ਐਂਟਰ ਹੋ ਰਿਹਾ ਉੱਤੇ। ਇਸ ਸਾਹਮਣੇ ਜਨਾਬ ਲਾਏ ਨੇ ਦੋ ਬੋਰਡ, ਤੁਸੀਂ ਇਸ ਸਟੈਂਡ ਇੱਥੇ ਵੀ ਰੱਖ ਸਕਦੇ ਹੋ, ਉੱਥੇ ਵੀ ਰੱਖ ਸਕਦੇ ਹੋ, ਠੀਕ ਹੋ ਗਿਆ? ਇਹ ਲਾਈਟਾਂ ਦੋਵੇਂ ਲੱਗੀਆਂ ਨੇ ਛੱਤ ਵਿੱਚ, ਇੱਥੋਂ ਯਾਨੀ ਕਿ ਟੂ ਵੇ ਸਿਸਟਮ ਬਣ ਗਿਆ, ਥੱਲੋਂ ਆਨ ਕਰ ਲਓ, ਇੱਥੋਂ ਆ ਕੇ ਬੰਦ ਕਰ ਲਓ, ਠੀਕ ਹੋ ਗਿਆ? ਇੱਥੋਂ ਬੰਦ ਕਰ ਸਕਦੇ, ਥੱਲੇ ਜਾ ਕੇ ਬੰਦ ਆਨ ਕਰ ਸਕਦੇ, ਥੱਲੇ ਜਾ ਕੇ ਬੰਦ ਕਰ ਸਕਦੇ ਹੋ। ਇਹ ਸਾਹਮਣੇ ਇੱਕ ਪੁਆਇੰਟ ਦਿੱਤਾ, ਠੀਕ ਹੈ? ਉਸ ਤੋਂ ਬਾਅਦ ਇਹ ਡੀ ਪੀ ਬਕਸ ਲੱਗਿਆ ਉੱਤੇ ਵਾਲਾ, ਠੀਕ ਹੋ ਗਿਆ? ਅਤੇ ਉਸ ਤੋਂ ਬਾਅਦ ਜਨਾਬ ਇਹ ਮੇਨ ਐਂਟਰੀ ਦਾ ਬੋਰਡ ਹੈ ਕਿਚਨ ਦੇ ਬਾਹਰਲੀ ਸਾਈਡ ਦੇ, ਇੱਥੋਂ ਜਨਾਬ ਸਟਾਰਟ ਹੈ ਲਾਈਟਾਂ ਹਾਲ ਲਈਆਂ, ਇੱਥੋਂ ਲਾਈਟਾਂ ਆਨ ਆਫ ਹੁੰਦੀਆਂ ਸੀ, ਕਿਹ ਪੁਆਇੰਟ ਹੈ? ਅਤੇ ਇਹ ਜਨਾਬ ਇੱਥੇ ਇੱਕ ਪੀ ਟੀ ਸੀ ਵਾਲਾ ਬੋਰਡ ਹੈ, ਅਤੇ ਉਹਨੂੰ ਉਹਦਾ ਜੇਕਰ ਅਸੀਂ ਮਾਡਮ ਵਗੈਰਾ ਰੱਖਣੇ ਆ ਇੱਥੇ, ਠੀਕ ਹੈ? ਉਹਦੇ ਵਾਸਤੇ ਵੀ ਅਸੀਂ ਪੁਆਇੰਟ ਦਿੱਤਾ, ਠੀਕ ਹੈ? ਦੂਜੀ ਸਟੋਰੀ ਦਾ, ਅਤੇ ਇਹਦਾ ਮਾਡਮ ਸਾਡਾ ਉਹ ਉੱਤੇ ਅਸੀਂ ਜਾ ਕੇ ਰੱਖਾਂਗੇ ਉਹਨੂੰ, ਠੀਕ ਹੋ ਗਿਆ? ਉਹਦੇ ਜਿਸ ਦਿਨ ਸਾਕਰ ਦਿੱਤੀ ਨਾਲ, ਇੱਥੇ ਇੰਟਰਕਾਮ ਵੀ ਲੱਗੇਗਾ ਅਤੇ ਨਾਲ ਇੰਟਰਕਾਮ ਵੀ ਲੱਗੇਗਾ, ਤਾਂ ਕਿ ਇੱਥੇ ਜਿਹੜਾ ਨਾ ਉਹ ਸਾਰੇ ਕੰਟਰੋਲ ਹੋਏਗਾ ਸੈਟਅਪ ਜਿਹੜਾ ਵੀ। ਉਸ ਤੋਂ ਬਾਅਦ ਜਨਾਬ ਇੱਥੋਂ ਜਨਾਬ ਤੀਸਰੀ ਸਟੋਰੀ ਦੇ ਨਾ ਉਹ ਸਾਡੇ ਪਾਏ ਪੈਣੇ ਨੇ, ਥੱਲੋਂ ਕੈਮਰੇ ਤਾਰ ਇੱਥੋਂ ਆਏਗੀ ਇਸ ਡੱਬੀ ਵਿੱਚ, ਠੀਕ ਹੈ? ਇਹ ਡੱਬੀ 'ਚ ਪਾਇਆ ਗਿਆ ਬੈਂਡ ਦੇ ਜ਼ਰੀਏ ਉੱਤੇ ਟੁਰ ਜਾਏਗੀ, ਅਤੇ ਇੱਥੋਂ ਇੱਕ ਪਾਇਪ ਅਸੀਂ ਬੈਂਡ ਪਾਇਆ ਇੱਥੇ ਜਿਹੜਾ ਨਾ ਮੇਨ ਇੰਟਰਕਾਮ ਵੀ ਆ ਜਾਂਦਾ। ਉਸ ਤੋਂ ਬਾਅਦ ਨੈੱਟ ਵਗੈਰਾ ਵੀ ਅਸੀਂ ਪੀ ਟੀ ਸੀ ਵਾਲ ਜਿਹੜਾ ਵੀ ਅਸੀਂ ਲਿਆਉਣਾ ਚਾਹੁੰਦੇ ਹਾਂ ਉਹ ਵੀ ਇੱਥੇ ਆ ਸਕੇਗਾ, ਠੀਕ ਹੈ? ਉਹਦਾ ਮਾਡਮ ਦੂਸਰਾ ਅਗਰ ਅਸੀਂ ਇੱਥੇ ਲਾਉਣਾ ਚਾਹੁੰਦੇ ਉਹ ਵੀ ਲੱਗ ਸਕਦਾ, ਅਤੇ ਠੀਕ ਹੈ? ਇੱਥੋਂ ਵੀ ਫਿਰ ਇਹ ਜੇ ਦੋ ਪਾਏ ਪਾਏ ਨੇ, ਇੱਥੋਂ ਇੱਕ
ਤੀਸਰੀ ਸਟੋਰੀ ਤੇ ਸਾਡਾ ਤੀਸਰਾ ਮਾਡਲ ਵੀ ਜਾ ਕੇ ਨਾ ਲੱਗ ਸਕੇਗਾ ਠੀਕ ਹੋ ਗਿਆ ਇੱਕ ਆ ਪੁਆਇੰਟ ਜਿਹੜਾ ਦੁਬਾਰਾ ਦੇ ਨਾਲ ਉਹ ਤੁਹਾਡਾ ਸੈਟ ਟੇਬਲ ਦਾ ਦਿੱਤਾ ਪੁਆਇੰਟ ਠੀਕ ਹੈ ਇੱਕ ਉਹ ਵਾਲਾ ਦੋ ਪੁਆਇੰਟ ਹੈ ਹੋ ਗਏ ਨੇ ਤੁਹਾਡੇ ਅਤੇ ਇਹ ਜਨਾਬ ਐਂਟਰੀ ਦਾ ਵਾਸ਼ਰੂਮ ਦਾ ਇੱਕ ਬੋਰਡ ਹੈ ਲਾਇਆ ਠੀਕ ਹੈ ਅਤੇ ਇਹਦੇ ਅੰਦਰਲੀ ਸਾਈਡ 'ਤੇ ਐਗਜ਼ਾਸਟ ਦਾ ਅਤੇ ਪੁਆਇੰਟ ਦਾ ਡਿਜ਼ਾਇਨ ਨਾ ਬਲਬ ਦਾ ਪੁਆਇੰਟ ਦਿੱਤਾ ਠੀਕ ਹੈ ਇਹ ਨਾਲ ਜਿਹੜਾ ਪੁਆਇੰਟ ਦਿੱਤਾ ਵੇ ਨਾ ਇਹ ਸਾਹਮਣੇ ਤੁਹਾਡਾ ਮੈਂ ਲੱਗਣਾ ਵੈਂਟੀ ਬੇਸਨ ਉਹਦੇ ਨਾਲ ਪੁਆਇੰਟ ਦਿੱਤਾ ਸ਼ੇਵਿੰਗ ਵਾਸਤੇ ਠੀਕ ਹੈ ਏਸੀ ਦਾ ਪੁਆਇੰਟ ਠੀਕ ਹੈ ਇੱਥੇ ਏਸੀ ਲੱਗੇਗਾ ਇੱਥੇ ਏਸੀ ਦਾ ਆਨ ਆਫ ਹੋ ਜਾਏਗਾ ਇਹ ਜਨਾਬ ਸਾਹਮਣੇ ਐਂਟਰੀ ਕਮਰੇ ਦੀ ਐਂਟਰੀ ਦੇ ਨਾਲ ਛੋਟਾ ਵੱਡਾ ਬੋਰਡ ਲੱਗੇ ਆ ਠੀਕ ਹੈ ਅਤੇ ਇਹ ਛੋਟਾ ਨਾਲ ਬੋਰਡ ਜਿਹੜਾ ਲਾਇਆ ਵਾਲਾ ਇਹ ਲੱਗੇ ਆ ਜਨਾਬ ਉਹਦੇ ਹਾਲ ਦਾ ਐਲ ਸੀ ਡੀ ਵਾਸਤੇ ਠੀਕ ਹੈ ਇਹ ਚੌਕ ਦੇ ਨਿਸ਼ਾਨ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਠੀਕ ਹੈ ਇਹ ਸਾਡੀ ਇੱਥੇ ਨਾ ਐਲ ਸੀ ਡੀ ਦਾ ਜ਼ਰੀਆ ਇਹ ਸਾਡਾ ਵਿਊ ਬਣਨਾ ਠੀਕ ਹੋ ਗਿਆ ਅੱਛਾ ਬਾਅਦ ਇਸ ਤੋਂ ਬਾਅਦ ਆ ਜੀ ਕਿਚਨ ਵਿੱਚ ਇਹ ਲਾਇਆ ਡਿਸਪੈਂਸਰ ਦਾ ਕੀ ਸੋਰੀ ਉਹਦਾ ਫਰਿੱਜ ਦਾ ਮਾਰ ਹੀ ਕਹਿੰਦੇ ਸਨ ਕਿ ਅਸੀਂ ਫਰਿੱਜ ਦਾ ਲਾਉਣਾ ਇੱਥੇ ਇੱਥੇ ਲੱਗੇਗਾ ਫਰਿੱਜ ਦਾ ਬੋਰਡ ਅਤੇ ਉਹ ਜਨਾਬ ਇੱਥੇ ਇੱਕ ਇਹ ਪੁਆਇੰਟ ਦਿੱਤਾ ਇੱਕ ਉਹ ਪੁਆਇੰਟ ਦਿੱਤਾ ਦੋ ਦੀ ਤਿੰਨ ਪੁਆਇੰਟ ਅਸੀਂ ਸ਼ੈਲਫ ਦੇ ਠੀਕ ਹੈ ਡਿਸਪੈਂਸਰ ਰੱਖ ਸਕਦੇ ਹੋ ਅਤੇ ਉੱਥੇ ਦਿੱਤਾ ਦੇ ਪੁਆਇੰਟ ਅਸੀਂ ਓਵਨ ਦਾ ਜੂਸਰ ਮਸ਼ੀਨ ਦਾ ਤੁਸੀਂ ਕੋਈ ਵੀ ਚੀਜ਼ ਚਲਾਉਣਾ ਚਾਹੋ ਚਲਾ ਸਕਦੇ ਹੋ ਇੱਕ ਇਹ ਪੁਆਇੰਟ ਇੱਥੇ ਜੂਸਰ ਵੀ ਚਲਾ ਸਕਦੇ ਹੋ ਓਵਨ ਵੀ ਚਲਾ ਸਕਦੇ ਹੋ ਇੱਕ ਇਹ ਪੁਆਇੰਟ ਇੱਥੇ ਵੀ ਓਵਨ ਚਲਾ ਸਕਦੇ ਹੋ ਜਾਂ ਜੂਸਰ ਚਲਾ ਸਕਦੇ ਹੋ ਯਾਨੀ ਕਿ ਚਾਰ ਪੁਆਇੰਟ ਨੇ ਠੀਕ ਹੋ ਗਿਆ ਇਸ ਸਾਹਮਣੇ ਐਗਜ਼ਾਸਟ ਦਾ ਜਿਹੜਾ ਨਾ ਉਹ ਪੁਆਇੰਟ ਅਸੀਂ ਜਿਹੜਾ ਦਿੱਤਾ ਠੀਕ ਹੈ ਇਹ ਓਕੇ ਹੋ ਗਿਆ ਜਨਾਬ ਇਹ ਦਿੱਤੇ ਹੁਣ ਜਨਾਬ ਅਸੀਂ ਉਹ ਸਟਾਰਟ ਹੋ ਗਏ ਹੁਣ ਤੀਸਰੀ ਸਟੋਰੀ 'ਤੇ ਉਹ ਇਨਸ਼ਾਅੱਲਾ ਅੱਲਾ ਹਰ ਕਰੇ ਹੁਣ ਲੈਂਟਰ ਪਾਈਪ ਸ਼ਾਪ ਪਾ ਰਹੇ ਉਹਦੇ ਮੁਤਾਬਕ ਫਿਰ ਜੇ ਇਹਦੇ 'ਚ ਕੋਈ ਕਮੀ ਪੇਸ਼ੀ ਹੈ ਐਵੇਂ ਅਤੇ ਉਹ ਮੈਨੂੰ ਦੱਸ ਰਹੀ ਹੋ ਕਿ ਬਾਈ ਸ਼ਾਇਦ ਇੱਥੇ ਇਸ ਨਾ ਕਰਨਾ ਇਸ ਤਰ੍ਹਾਂ ਗਲਤ ਜਾਂ ਸਹੀ ਹੈ ਉਹ ਕੋਈ ਹੋਰ ਪੁਆਇੰਟ ਦੇਣਾ ਹੋਵੇ ਤਾਂ ਵੀ ਦੱਸ ਰਿਹਾ ਮੈਨੂੰ ਠੀਕ ਹੋ ਗਿਆ